ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਘਸੀਟਪੁਰ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਦਲਜੀਤ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਅਤੇ 2 ਤੁਹਾਨੂੰ ਮੱਝਾਂ ਵਿਖਾਉਣੀਆਂ, ਜਿਨ੍ਹਾਂ ਦੇ ਵਿੱਚ 1 ਤੋਕੜ ਗੱਬਣ, 1 ਤਾਜ਼ੀ ਸੂਈ, ਅਤੇ ਗਾਵਾਂ ਵੀ ਤੁਹਾਨੂੰ 2 ਗੱਬਣਾ ਅਤੇ 1 ਬੱਚੇ ਤੋਂ ਬਿਨਾਂ ਤੁਹਾਨੂੰ ਵਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਚਲੋ ਵਧੀਆ ਜੀ ਦਾ ਵੇਖ ਗਿਆ ਉਦਣ ਵਾਲਾ ਮਾਲ। ਕਿੰਨੇ ਕਾਏ ਫੋਨ ਪਾਉਣ ਉਦਣ? ਫਿਰ ਬਹੁਤ ਫੋਨ ਹਜੇ ਆਈ ਜਾਂਦੇ ਜੀ। ਠੀਕ ਆ, ਚਲੋ ਨਾਮ ਤੇ ਵੇਖੀ ਹੈ 3 ਵੀਰ ਜੀ। ਅੱਛਾ, 3 ਛੋਟ ਤੇ ਵੇਖੀ ਆ। ਠੀਕ, ਚਲੋ ਨਾਮ ਦੱਸ ਦੇ ਕਰੀਏ। ਨਾਮ ਦਲਜੀਤ ਸਿੰਘ, ਹਾਂਜੀ, ਪਿੰਡ ਘਸੀਟਪੁਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲਦੇ ਕਰੀ? ਫੋਨ ਨੰਬਰ 97-7-95-35-121। ਠੀਕ ਹੈ, ਤੇ ਅੱਜ ਮੱਝ ਤੋਕੜ ਗੱਬਣ ਇੱਕੋ ਹੀ ਆ? ਇੱਕ ਤੋਕੜ ਗੱਬਣ, ਜੇ ਮਹੀਂ ਦੇ ਤੋਕੜ ਗੱਬਣ ਲਈ ਥੋੜੇ ਘੱਟ ਟਾਈਮ ਦੀ ਨਿਕਲੀ, ਫਿਰ ਮੈਂ ਛੱਡ ਛੱਡੀ। ਅੱਛਾ, ਉਸੇ ਕਰਕੇ ਟਾਈਮ ਲੇਟ ਹੋਇਆ, ਅੱਜ ਇੱਧਰ ਡੰਗਰ ਡੰਗਰ ਨੂੰ ਵਾਲੇ ਗਏ। ਠੀਕ ਆ, ਚਲੋ ਫਿਰ ਪਹਿਲਾਂ ਇਹ ਵਿਖਾ ਦਈਏ, ਕਿੰਨੇ ਚਿਰ ਦੀ ਚੈੱਕ ਪਾਸ ਚ ਵਿੱਧੀ ਗਈ? 4 ਮਹੀਨੇ ਚੈੱਕ ਪਾਸ, ਜੇ 5 ਲੱਗਾ ਜੇ 25 ਤਰੀਕ ਦਾ। ਅੱਛਾ, ਹਾਂਜੀ, ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ ਕੋਲ ਮੌਕੇ ਤੇ 6 ਕਿਲੋ ਆ। 6 ਕਿਲੋ ਆ, ਪੱਕਾ ਹੋਊਗਾ, ਹੋਊਗਾ 7-6 ਕਿਲੋ ਦੀ ਗਾਰੰਟੀ ਆ। ਤੇ ਮਿਲਦੀ ਕਿੱਦਾਂ ਜੀ? ਮਿਲਦੀ ਦੋਵੇਂ ਟਾਈਮ ਪੜ ਰਹੀ ਆ। ਤੇ ਥਣ ਤੁਹਾਨੂੰ ਪੂਰੇ ਓਕੇ? ਹਾਂ, ਤੁਹਾਨੂੰ ਬਿਲਕੁਲ ਓਕੇ ਆ, ਕਿ ਥੋੜਾ ਥਣ ਭਾਰਾ ਖਾਉਂਦੀ ਆ। ਤੇ ਉਸ ਤਰ੍ਹਾਂ ਪੂਰੇ ਆ, ਕੋਈ ਵਾਧ ਘਟ ਨਹੀਂ? ਬਰਾਬਰ ਧਾਰ ਦਾ ਵੀ ਨਹੀਂ ਫਰਕ ਹੈਗਾ। ਅੱਛਾ, ਚੋਣ ਜਾਣ ਪੋਲੀ ਬਿਲਕੁਲ। ਲਿਆ ਫਿਰ ਖੋਲੋ, ਤੋਰ ਦਈਏ। ਆਹ ਦੇਖ ਸਕਦੇ ਥਣ, ਉੱਪਰਲਾ ਥਣ ਇੱਕ ਭਾਰਾ ਵਿਖਾਉਂਦੀ ਆ, ਬਹਿਣੀ ਤੋਂ ਦੂਸਰੇ ਲੇ ਪਾਸੇ ਦਾ। ਬਾਕੀ ਕੋਈ ਵੀਰ ਆਪਣੇ ਇੱਥੇ ਆ ਕੇ ਪਾਸ ਕਰਕੇ ਲੈ ਜੇ। ਬਾਕੀ ਚਿਹਰੇ ਚੂਰੇ ਦੀ ਬੜੀ ਖੂਬਸੂਰਤ ਆ, ਸੋਹਣੀ ਝੋਟੀ ਆ ਜਿਹੜੀ। ਆਹ ਦੇਖ ਸਕਦੇ ਜੀ, ਬਿਲਕੁਲ ਛੋਟਾ ਸਿੰਘ ਆ, ਚੰਗੇ ਕੱਦ ਕਾਠ ਵਾਲੀ ਝੋਟੀ ਆ, ਪੂਰੀ ਕਾਲੀ ਝੋਟੀ ਆ, ਪੂਛ ਵੀ ਪੂਰੀ ਕਾਲੀ ਆ, ਇੱਕ ਰੰਗ ਕਾਲੀ। ਆਹ ਦੇਖ ਸਕਦੇ, ਲੈ ਜਾਵੇ ਜੀ। ਬਾਕੀ ਮੌਸਮ ਠੰਡਾ ਹੋਣ ਕਰਕੇ ਪਸ਼ੂ ਜਿਹੜੇ ਨਵਾਏ ਨਵਾਏ ਨੇ ਵੀ ਇਹਦੀਆਂ ਨੇ। ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ? ਆਪਾਂ ਮੁੱਲ ਵੀਰ ਜੀ 65,000। 65,000 ਆ, ਵਿੱਚੋਂ ਕਰਨਾ ਮਨ ਤਨ? ਕਰ ਦਾਂਗੇ ਮਨ ਤਨ, ਕਰ ਦਾਂਗੇ ਜੀ। ਕਿੰਨਾ? 64 ਦੇ ਦਾਂਗੇ। 64,000 ਦੀ ਦੇ ਦੋਗੇ? ਤੇ ਇਹਨੇ ਸੱਜਰ ਨੇ ਕਿੰਨਾ ਚਵਾਇਆ ਦੁੱਧ? 12 ਲੀਟਰ ਤੋਂ ਚਵਾਇਆ ਨੇ। ਸੂਆ ਕਿਨਵਾ ਇਹਦਾ? ਦੂਜਾ ਸੂਆ ਜਿਹਦਾ ਹੁਣ ਦੂਸਰਾ ਗਾਂ, ਤੀਸਰੇ ਸੂਣਾ ਹੁਣ। ਹਾਂਜੀ ਹਾਂਜੀ, ਠੀਕ ਆ ਜੀ। ਤੇ ਹੁਣ ਜਿਹੜੀ ਇਹ ਕਾਹ ਝੋਟੀ, ਇਹ ਪਹਿਲਣ ਸੂਈ ਜੀ? ਪਹਿਲਣ ਸੂਈ ਆ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਇਹਨੂੰ 5 ਦਿਨ ਹੋ ਗਏ ਪਰਲੇ ਬਣੇ ਬੱਚਾ ਜਿਹਦਾ। 5 ਦਿਨ ਹੋ ਗਏ ਆ। ਆਹ ਦੇਖ ਸਕਦੇ ਹਵਾਨਾ ਇਹਦਾ, ਕਿੰਨਾ ਦੁੱਧ ਤਿਆਰ ਕਰ ਗਈ ਜੀ? ਇਹਦੇ ਕੋਲੋਂ 8 ਕਿਲੋ ਦੁੱਧ ਤਿਆਰ ਜੀ। 8 ਲੀਟਰ ਤਿਆਰ ਜੇ? ਹਾਂਜੀ ਹਾਂਜੀ। ਕਿੰਨਾ ਕੁ ਚਵਾਈ ਜਾਊਗੀ ਦੁੱਧ? 8 ਕਿਲੋ ਚਵਾਜੀ ਭਾਜੀ, ਚੰਗੀ ਸਰੀਰ ਨੂੰ ਤੋਰਦੀ ਹੈ। ਪਹਿਲੇ ਸਵੇਰ ਜਿਹੜਾ 10 ਲੀਟਰ ਕਹਿੰਦੇ ਦੁੱਧ ਚਵਾ ਜੂਗੀ। ਬਾਕੀ ਥਣ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਕੋਲ, ਸੂਆ ਇਹਦਾ ਪਹਿਲਾ ਹੀ ਹੈ। ਤੇ ਚੋਣ ਚੋਣ ਚੁੱਕੇ ਵੀਰ ਜੀ ਪੂਰੀ? ਠੀਕ ਹੈ ਜੀ। ਤੇ ਇਹਦਾ ਕੀ ਫਿਰ ਮੁੱਲ ਰੱਖ ਦਈਏ ਆਪਾਂ? ਇਹ ਵੀ ਭਾਜੀ 65,000 ਦੇ ਦਾਂਗੇ। ਇਹ ਵੀ 65,000 ਦੀ ਦੇ ਦੋਗੇ? ਹਾਂਜੀ ਹਾਂਜੀ, ਮੌਕੇ ਤੇ ਹੋਰ ਕਰ ਦੋਗੇ? ਕਰ ਦਾਂਗੇ, ਮੰਨ ਦਾਂਗੇ। ਬਾਕੀ ਭਾਵੇਂ ਕੋਈ ਆਹ ਲੈ ਜੇ ਤੇ ਭਾਵੇਂ ਕੋਈ ਆਹ ਲੈ ਜੇ। ਹਾਂਜੀ ਹਾਂਜੀ। ਤੇ ਇੱਕ ਹੁਣ ਆਪਣੇ ਕੋਲ ਜਰਸੀ ਵੈੜ ਆ ਗਈ ਗੱਬਨ ਜੇ। ਹਾਂਜੀ ਗੱਬਨ ਜੇ। ਕਿੰਨਵਾਂ ਸੂਆ ਜੇ ਦਾ? ਇਹਦਾ ਪਹਿਲਾ ਸੂਆ ਜੇ। ਇਹ ਕਿੰਨਾ ਕੁ ਲੈ ਜੂ ਟਾਈਮ?
ਬਾਕੀ ਸੋਹਣੀ ਵੈੜ ਆ ਜਿਹੜੀ ਸਾਂਭੀ ਸੁੰਭੀ ਚੰਗੀ ਆ। ਕੱਦ ਘੱਟ ਦੇਖ ਸਕਦੇ ਜੀ, ਕੱਦ ਜਿਹੜਾ ਇਹਦਾ ਐਚ ਐਫ ਗਾਵਾਂ ਵਰਗਾ ਵਾ, ਤੇ ਬਾਕੀ ਥੱਲਿਓਂ ਵੀ ਚੰਗੀ ਤਿਆਰ ਹੁੰਦੀ ਆ। ਆਹ ਦੇਖ ਸਕਦੇ ਝੋਲੀ ਚੰਗੀ ਆ ਜਿਹੜੀ ਇਹਦੇ ਕੋਲ ਥੱਲੇ, ਤੇ ਆ ਥਣ ਵੀ ਇਹਦੇ ਦੇਖ ਸਕਦੇ ਜੀ, ਤੇ ਇਹਦਾ ਵੀਰ ਜੀ ਕੀ ਮੁੱਲ ਰੱਖ ਦਈਏ ਫਿਰ ਆਪਾਂ? ਇਹ ਵੀਰ ਜੀ 50,000 ਦੀ ਦੇ ਦੋਗੇ? ਮੌਕੇ ਤੇ ਹੋਰ ਕਰ ਦੋਗੇ ਮਨ ਤਨ? ਕਰ ਦਾਂਗੇ ਜਿੰਨਾ ਕੋ ਕਰਦੇ ਨੇ। ਕਿੰਨਾ ਕਰ ਦਈਏ? 45,000 ਦੀ ਦੇ ਦੋਗੇ? ਠੀਕ ਆ ਜੀ। ਹੁਣ ਇੱਕ ਤੁਹਾਨੂੰ ਇੱਕ ਆਇਰਸ਼ਾਇਰ ਗਾਂ ਇੱਕ ਤੁਹਾਨੂੰ ਵਿਖਾਉਣੀ ਆ, ਕਾਫੀ ਖੂਬਸੂਰਤ ਆ, ਚੰਗੇ ਸੋਹਣੇ ਪ੍ਰਿੰਟ ਵਾਲੀ ਆ ਜਿਹੜੀ। ਇਹ ਵੀਰ ਜੀ ਕਿੰਨੇ ਕੁ ਦੁੱਧ ਵਾਲੀ ਜੇ? ਇਹ ਭਾਜੀ 20+ ਹੀ ਚੱਲੂਗੀ। ਅੱਛਾ 20+ ਚੱਲੂਗੀ, ਲਿਆ ਖੋਲੋ ਹਾਂ ਤੋਰ ਦੀ ਇਹਨਾਂ ਵੀ ਇੱਕ ਵਾਰੀ। ਟਾਈਮ ਕਿੰਨਾ ਕੁ ਲੈ ਜਾਊਗੀ? 9 ਤਰੀਕ ਦਿਨ ਪੂਰੇ ਹੋਣੇ। ਅੱਛਾ ਇਹਦੇ ਵੀ 9 ਨਹੀਂ ਹੋਣੇ, ਇਹਦੇ ਵੀ ਇਹ ਵੀ ਉਹਨਾਂ ਕੀ ਟਾਈਮ ਖੜਦੀ ਜਿੰਨਾ ਟਾਈਮ ਇਹਨੇ ਵੀ ਲੈਣਾ, ਜਿੰਨਾ ਕੁ ਦੋਵੇਂ ਜਰਸੀ ਨੇ ਤੇ ਇਹਨੇ ਲਗਭਗ ਇਕੱਠੀਆਂ ਜੀ ਸੁਣਾ ਵਾ। ਬਾਕੀ ਐਰ ਸ਼ਹਿਰ ਚ ਆ ਚੰਗੇ ਵੱਡੇ ਪੱਲੇ ਦੀ ਗਾਂ ਵਾ ਜਿਹੜੀ। ਬਾਕੀ ਹੀਲ ਹੈ, ਸੀਲ ਲੱਗ ਗਿਆ, ਕੋਈ ਗੱਲ ਨਹੀਂ, ਇਦਾਂ ਪੈ ਥੱਲੇ ਪੈ ਜਾਵੇ, ਲੈ ਜਾ ਜੀ। ਥਣ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ, ਤੇ ਕੀ ਰੱਖੀਏ ਵਧੀਆ ਫਿਰ ਇਹਦਾ ਮੁੱਲ ਆਪਾਂ? ਤੋਰ ਦੀਏ ਫਿਰ ਇਹ ਬੱਚੇ ਤੋਂ ਬਿਨਾ ਹੀ ਹੋਣਾ। ਇਹਨੇ ਸੱਜਣ ਨੇ ਪਤਾ ਕਿੰਨਾ ਕੁ ਚਵਾਇਆ ਦੁੱਧ? ਬਾਕੀ ਸੋਹਣੀ ਵੈੜ ਆ, ਚੰਗੇ ਕੱਦ ਕਾਠ ਵਾਲੀ ਆ, ਪਹਿਲਾ ਸੂਆ ਵੈੜ ਆ ਜਿਹੜੀ। ਅੱਜ ਲੈ ਆ ਵੀਰ ਜੀ, ਥੋੜਾ ਡਰਦੀ ਆ ਸਾਡੇ ਕੋਲੋਂ। ਥਾਣੇ ਦੇ ਵੀ ਦੇਖ ਸਕਦੇ ਜੀ ਲਾਗੇ ਤਾਂ। ਤੇ ਕੀ ਮੁੱਲ ਰੱਖਣਾ ਵੀਰ ਜੀ ਫਿਰ ਇਹਦਾ ਆਪਾਂ? ਮੁੱਲ ਵੀਰ ਜੀ 22,000 ਦੀ। ਹੋਰ ਕਰ ਦੋਗੇ ਮੌਕੇ ਤੇ ਮਨ ਤਨ?
ਕਰ ਦਾਂਗੇ ਮਾਡਲ ਕਰ ਦਾਂਗੇ ਕਿੰਨੇ ਦੀ ਦੇ ਦਈਏ ਜੈਸ ਨੂੰ ਕਰ ਦਈਏ 21 ਦੇ ਦਾਂਗੇ ਭਾਈ 21000 ਦੀ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਪੱਕਾ ਹੈ ਦੇਖੋ ਦੁੱਧ 7 ਕਿਲੋ ਪੱਕਾ ਹੋਵੇ ਥਲੇ ਠੀਕ ਹੈ ਹਾਂਜੀ ਠੀਕ ਹੈ ਵਿਦਿਆ ਰਿਕਵੈਸਟ ਕਰਨਾ ਹਾਂਜੀ ਵੀਰ ਜੀ ਆਪਣੀ ਤਸੱਲੀ ਕਰਕੇ ਪਾਸ ਕਰਕੇ ਹਰ ਵਾਰ ਇਹੋ ਗੱਲ ਕਹੀ ਦੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਆ ਬੱਚਾ ਝੋਟੀ ਦਾ ਬੱਚਾ ਜੀ ਹਾਂਜੀ ਹਾਂਜੀ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਅਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ